ਛੱਤਰ ਸਿਆਂ, ਕੀ ਹਾਲ ਹੈ? ਹਾਂ, ਮੈਂ ਬਿਲਕੁਲ ਤਿਆਰ ਹਾਂ। ਲੀਡਰ ਸਾਹਿਬ ਦਾ ਫੋਨ ਆਇਆ ਸੀ, ਆਪਾਂ ਰੈਲੀ ਦੇ ਉੱਤੇ ਇਕੱਠ ਕਰਕੇ ਲੈ ਲਾਂਗੇ ਪੂਰਾ ਵਰਕਰਾਂ ਦਾ। ਬਸ ਆ ਗਿਆ, 2 ਮਿੰਟਾਂ 'ਚ ਆ ਗਿਆ। ਬਸ ਜਪਜੀ ਸਾਹਿਬ, ਇੱਕ ਓਂਕਾਰ ਸਤਿਨਾਮ, ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸਹਿਪੰਗ, ਗੁਰਪ੍ਰਸਾਦ, ਜਪ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਭੀ ਸੱਚ। ਅੰਮਾ, ਰੋਟੀ ਲਿਆਇਓ, ਭੁੱਖ ਲੱਗੀ ਆ। ਬੈਠ ਪੁੱਤ, ਲਿਆਈ ਰੋਟੀ? ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਸੰਬੰਧ 'ਚ ਮੋਰਚੇ 'ਤੇ ਪੁੱਜੋ ਭਾਈ। ਹੇ ਪਰਮਾਤਮਾ, ਇਹਨਾਂ ਭੁੱਲੇ ਭਟਕੇ ਲੋਕਾਂ ਨੂੰ ਸਮੱਤ ਬਖਸ਼ੀ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ। ਮਾਂ, ਤੁਸੀਂ ਮੈਨੂੰ ਕਿੰਨਾ ਕੁ ਪਿਆਰ ਕਰਦੇ ਹੋ? ਇਹ ਵੀ ਕੋਈ ਗੱਲ ਪੁੱਛਣ ਵਾਲੀ ਹੈ ਪੁੱਤ? ਮਾਂ, ਸਾਹਿਬਜ਼ਾਦੇ ਵੀ ਕਿਸੇ ਦੇ ਲਾਲਚੀ, ਉਹਨਾਂ ਨੇ ਧਰਮ ਦੀ ਖਾਤਰ ਸ਼ਹੀਦੀਆਂ ਪਾਈਆਂ। ਹਾਂ ਪੁੱਤ, ਉਹ ਤਾਂ ਰੱਬੀ ਰੂਹਾਂ ਨੇ ਖੁਸ਼ੀ ਖੁਸ਼ੀ ਪਰਿਵਾਰ ਵਾਰਤਾ ਧਰਮ ਤੋਂ ਸਦਕੇ ਜਾਈਏ ਉਹਨਾਂ ਦੀਆਂ ਕੁਰਬਾਨੀਆਂ ਨੂੰ। ਮਾਂ, ਧਰਮ ਲਈ ਜੇ ਲੋੜ ਪੈ ਗਈ ਤਾਂ ਮੈਂ ਵੀ ਕੁਰਬਾਨੀ ਦੇਵਾਂ। ਮੈਨੂੰ ਫਕਰ ਹੋਵੇਗਾ ਪੁੱਤ ਤੇਰੇ 'ਤੇ। ਚੰਗਾ ਰੋਟੀ, ਮੈਂ ਚੱਲਿਆ। ਪਾਪਾ, ਮੈਂ ਵੀ ਜਾਵਾਂਗਾ। ਪੁੱਤ ਕਿੱਥੇ? ਪਾਪਾ, ਮੋਰਚੇ 'ਤੇ। ਪੁੱਤ ਕਿਹੜੇ ਮੋਰਚੇ 'ਤੇ? ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਉਹਨਾਂ ਦੇ ਵਿਰੋਧ 'ਚ। ਪੁੱਤ, ਮੈਂ ਕਿਸੇ ਮੋਰਚੇ 'ਤੇ ਨਹੀਂ ਚੱਲਿਆ, ਮੈਂ ਰੈਲੀ 'ਤੇ ਚੱਲਿਆ। ਸਰਕਾਰਾਂ ਤੱਕ ਵੀ ਕੰਮ ਪੈਂਦੇ ਰਹਿੰਦੇ ਆ, ਨਾਲੇ ਤੂੰ ਅਜੇ ਨਿੱਕਾ ਹੈ, ਤੂੰ ਇਹਨਾਂ ਕੰਮਾਂ ਤੋਂ ਕੀ ਲੈਣਾ? ਜਲਦੀ ਦੱਸ ਪੁੱਤ। ਉਹ ਕਿਹੜਾ ਸਿੰਦੂ? ਜਲਦੀ ਦੱਸ, ਕਿਹਦੇ 'ਚ ਹਿੰਮਤ ਆ ਜਿਹੜਾ ਮੇਰੇ ਬਾਪੂ ਨੂੰ ਗਾਲ ਕੱਢੇ? ਉਹ ਜਲਦੀ ਦੱਸ। ਕੋਈ ਇਹ ਕੋਈ ਮਜ਼ਾਕ ਵਾਲੀ ਗੱਲ ਹੈ? ਹੁਣ ਕੀ ਰਹਿ ਗਿਆ, ਹੁਣ ਕਿਹੜਾ ਮਜ਼ਾਕ ਕਰਨਾ? ਪਾਪਾ, ਜੇ ਦਾਦਾ ਜੀ ਨੂੰ ਕਿਸੇ ਨੇ ਗਾਲ ਕੱਢੀ ਤਾਂ ਤੁਹਾਨੂੰ ਕਿੰਨਾ ਗੁੱਸਾ ਆਇਆ? ਪਰ ਕੀ ਗੁਰੂ ਸਾਹਿਬ ਆਪਣੇ ਬਾਤ ਸਮਾਨੀ? ਕਿੰਨੀ ਬੇਅਦਬੀ ਹੋਈ, ਸ਼ਰਾਰਤੀਆਂ ਨੇ ਅੰਗ ਗਲੀਆਂ 'ਚ ਬੋਲੇ, ਤੁਹਾਨੂੰ ਉਦੋਂ ਗੁੱਸਾ ਨਹੀਂ ਆਇਆ? ਹੇ ਮੇਰਿਆ ਮਾਲਕਾ, ਬਖਸ਼ੀ ਗੁਨਾਹਾਂ ਨੂੰ, ਕਿੱਧਰ ਭਟਕ ਚੱਲਿਆ ਸੀ ਮੈਂ? ਜਿਉਂਦਾ ਰਿਹਾ ਮੇਰੇ ਪੁੱਤਰਾ, ਮੈਂ ਤਾਂ ਭਟਕ ਗਿਆ ਸੀ, ਤੂੰ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਉਹ ਹਾਂ ਵੀ ਧਰਮ ਸਿਆਂ, ਉਹ ਆ ਜਾ ਬਈ, ਚੱਲ ਗਿਆ ਹੁਣ, ਸਾਰੇ ਵਰਗੇ ਜਾਂ ਡਿੱਗੀ ਜਾਂਦੇ ਆ, ਬਈ ਆਪਾਂ ਰੈਲੀ 'ਤੇ ਜਾਣਾ, ਲੇਟ ਹੋਈ ਜਾਂਦੇ ਹਾਂ, ਆ ਜਾ ਹੁਣ। ਧਰਮ ਸਿਆਂ, ਉਹ ਜਵਾਬ ਤੋਂ ਕੀ ਕਰਾਉਣਾ ਉੱਥੇ? ਉੱਥੇ ਪਹਿਲਾਂ ਇਕੱਠ ਬਹੁਤ ਹੋਣਾ ਰੈਲੀ 'ਤੇ। ਕੋਈ ਸਜਣਾ, ਅੱਜ ਮੈਂ ਕਿਸੇ ਪਾਰਟੀ ਦਾ ਵਰਕਰ ਨਹੀਂ ਹਾਂ, ਅੱਜ ਮੈਂ ਇੱਕ ਗੁਰੂ ਦਾ ਸਿੱਖ ਹਾਂ। ਮੈਂ ਅੱਜ ਰੈਲੀ 'ਤੇ ਕਿਵੇਂ ਜਾ ਸਕਦਾ ਹਾਂ ਆਪਣੇ ਗੁਰੂ ਨੂੰ ਛੱਡ ਕੇ?
ਮੈਂ ਜਾਵਾਂਗਾ ਜ਼ਰੂਰ, ਪਰ ਰੈਲੀ 'ਤੇ ਨਹੀਂ, ਮੋਰਚੇ 'ਤੇ ਜਾਵਾਂਗਾ। ਵਾਹਿਗੁਰੂ ਵਾਹਿ